ਜਨਰਲ ਸਮਾਜ ਮੰਚ ਪੰਜਾਬ ਦੀ ਇੱਕ ਜ਼ਰੂਰੀ ਮੀਟਿੰਗ ਫਗਵਾੜਾ ਦੇ ਇੱਕ ਨਿੱਜੀ ਹੋਟਲ ਵਿਖੇ ਹੋਈ, ਜਿਸ ਵਿੱਚ ਮੰਚ ਦੇ ਪੰਜਾਬ ਪ੍ਰਧਾਨ ਫਤਿਹ ਸਿੰਘ ਪਰਹਾਰ, ਸੂਬਾ ਜਨਰਲ ਸਕੱਤਰ ਗਰੀਸ਼ ਸ਼ਰਮਾ ਤੋਂ ਇਲਾਵਾ ਮੰਚ ਦੇ ਹੋਰ ਮੈਂਬਰ ਮੌਜੂਦ ਸਨ। ਇਸ ਮੀਟਿੰਗ ਵਿੱਚ 11 ਮਈ ਨੂੰ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦੇ ਪਿੰਡ ਫਗਲਾਨਾ ਤੋਂ ਹੁਸ਼ਿਆਰਪੁਰ ਫਗਵਾੜਾ ਬਾਈਪਾਸ ਤੱਕ ਕੱਢੇ ਜਾਣ ਵਾਲੇ ਰੋਸ ਮਾਰਚ ਸੰਬੰਧੀ ਵਿਚਾਰ ਕੀਤਾ ਗਿਆ। ਇਸ ਮੌਕੇ ਮੰਚ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਰੋਸ ਮਾਰਚ ਭਾਰਤੀ ਕਿਸਾਨ ਯੂਨੀਅਨ ਅਤੇ ਹੋਰ ਹਮਖਿਆਲੀ ਜਥੇਬੰਦੀਆਂ ਦੇ ਸਹਿਯੋਗ ਨਾਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮੁੱਦਿਆਂ 'ਤੇ ਕੈਪਟਨ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਸ ਵਿੱਚ ਜਨਰਲ ਸਮਾਜ ਮੰਚ ਦੀਆਂ ਵੀ ਕਈ ਮੰਗਾਂ ਸ਼ਾਮਲ ਹਨ ਅਤੇ ਉਨ੍ਹਾਂ ਰੋਸ ਮਾਰਚ ਨੂੰ ਖੁੱਲ੍ਹਾ ਸਮਰਥਨ ਦੇਣ ਦਾ ਐਲਾਨ ਵੀ ਕੀਤਾ। ਫੈਕਟਰੀਆਂ ਦੇ ਮਗਰ ਇਹ ਜਿਹੜੀਆਂ ਮਿੱਲਾਂ, ਇਹਨਾਂ ਦੇ ਮਗਰ ਸਾਨੂੰ ਗੇੜੇ ਮਾਰਨੇ ਪੈਂਦੇ ਆ। ਅਗਰ ਅਸੀਂ ਆਪਣੀ ਉਸ ਫਸਲ ਨੂੰ ਪਾਲਣ ਲਈ ਕਿਸੇ ਸ਼ਾਹੂਕਾਰ ਕੋਲੋਂ ਜਾਂ ਆਪਣੇ ਆੜ੍ਹਤੀਏ ਕੋਲੋਂ ਪੈਸੇ ਲੈਂਦੇ ਹਾਂ, ਉਹਦਾ ਸਾਨੂੰ 2% ਦੇਣਾ ਪੈਂਦਾ। ਸਿਰਫ ਇੱਕੋ ਹੀ ਮਸਲੇ 'ਤੇ ਵਿਰੋਧ ਕਰ ਰਹੇ ਹੋ? ਨਹੀਂ, ਦੂਸਰਾ ਸਾਡਾ ਜਿਹੜਾ ਹੈਗਾ ਰਿਜ਼ਰਵੇਸ਼ਨ ਦਾ, ਅਸੀਂ ਜੇ ਸਾਡੇ ਹੁਣ ਆਲੇ ਦੁਆਲੇ ਦੇ ਹਲਕੇ ਜਾਂ ਸਾਡਾ ਜਿਹੜਾ ਹਲਕਾ ਚੱਬੇਵਾਲ ਹੈ, ਜੇ ਅਸੀਂ ਰਿਜ਼ਰਵ ਹੈ ਤੇ ਉਹਦੇ ਵਿੱਚ ਜਿਹੜਾ ਜਨਰਲ ਦਾ ਪੈਦਾ ਹੋਣਾ ਕੋਈ ਗੁਨਾਹ? ਹਰੇਕ ਵਰਗ ਦੇ ਵਿੱਚ, ਹਰੇਕ ਪਾਰਟੀ ਦੇ ਵਿੱਚ, ਹਰੇਕ ਵਰਗ ਦਾ ਨੁਮਾਇੰਦਾ ਕੰਮ ਕਰਦਾ। ਲੇਕਿਨ ਸਾਡੇ ਜਿਹੜੇ MLAs ਨੇ, ਸਾਡੇ ਜਿਹੜੇ ਵਿਧਾਇਕ ਆ, ਸਾਡੇ MP ਆ, ਉਹ ਮੈਂ ਸਮਝਦਾ ਵੀ ਜਿੱਤਣ ਤੋਂ ਬਾਅਦ ਕਿਸੇ ਇੱਕ ਫਿਰਕੇ ਦੀ ਅਗਵਾਈ ਕਰਨੀ ਪਸੰਦ ਕਰਦੇ। ਇਸ ਤੋਂ ਪਹਿਲਾਂ ਵੀ ਕਦੇ ਕੋਸ਼ਿਸ਼ ਕੀਤੀ ਹੈ ਰਿਜ਼ਰਵੇਸ਼ਨ ਤੜਵਾਉਣ ਦੇ ਲਈ? ਹਾਂ, ਬਿਲਕੁਲ ਕੀਤੀ। ਇਹਦੇ ਸੰਬੰਧੀ ਅਸੀਂ ਗਵਰਨਰ ਸਾਹਿਬ ਨੂੰ ਵੀ ਮਿਲ ਚੁੱਕੇ ਹਾਂ। ਸਰ, ਜਿਹੜਾ ਇਹ ਵਿਰੋਧ ਆ ਤੁਹਾਡਾ, ਇਹ ਪੰਜਾਬ ਸਰਕਾਰ ਦਾ ਵਿਰੋਧ ਆ ਜਾਂ ਜਿਹੜੇ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣ ਲੜ ਰਹੇ ਉਹਨਾਂ ਦਾ ਵਿਰੋਧ ਆ? ਸਮੁੱਚੀ ਸਰਕਾਰ ਦਾ ਵਿਰੋਧ ਹੈ। ਸਮੁੱਚੀ ਸਰਕਾਰ ਸਾਰੇ ਹਲਕਿਆਂ ਦੇ ਵਿੱਚ ਤੁਹਾਡੇ ਵੱਲੋਂ ਵਿਰੋਧ? ਸਾਰੇ ਹਲਕਿਆਂ ਦੇ ਵਿੱਚ ਵਿਰੋਧ ਹੈ, ਟੋਟਲ ਪੰਜਾਬ ਦੇ ਵਿੱਚ ਸਾਰੇ ਹਲਕਿਆਂ ਦੇ ਵਿਰੋਧ ਕੀਤਾ ਜਾਊਗਾ। ਦੇਖੋ, ਸਾਡਾ ਪਾਤੜਾ ਵੀ ਯੂਨਿਟ ਚੱਲਦਾ, ਸਾਡਾ ਫਗਵਾੜੇ ਦੇ ਵਿੱਚ ਵੀ ਚੱਲਦਾ, ਜਨਰਲ ਸਮਾਜ ਨੇ ਵੀ ਸਾਨੂੰ ਸਮਰਥਨ ਦਿੱਤਾ, ਸਾਡਾ ਪਠਾਨਕੋਟ ਵੀ ਚੱਲਦਾ, ਸਾਡਾ ਦੀਨਾਨਗਰ ਵੀ ਚੱਲਦਾ, ਸਾਡਾ ਗੁਰਦਾਸਪੁਰ ਵੀ ਚੱਲਦਾ, ਔਰ ਜੰਬੇਵਾਲ 84 ਦੇ ਵਿੱਚ ਵੀ ਚੱਲਦਾ। ਔਰ ਇਹ ਜਿਹੜਾ ਹੁਣ ਇਕੱਠੇ ਹੋ ਕੇ ਕੰਮ ਦਾ ਮਕਸਦ ਇਹ ਆ ਵੀ ਜਿਹੜੀ ਲੋਕ ਸਭਾ ਆ ਇਹ ਸਾਡੇ ਇਹਨਾਂ ਸਾਰੇ ਹਿੱਸੇ ਇਲਾਕਿਆਂ ਦੇ ਵਿੱਚ। ਜਿਹੜਾ ਵਿਰੋਧ ਆ, ਪੰਜਾਬ ਸਰਕਾਰ ਦਾ ਵਿਰੋਧ ਆ ਜਾਂ ਸੈਂਟਰ ਸਰਕਾਰ ਦਾ? ਪੰਜਾਬ ਸਰਕਾਰ ਦਾ। ਜਿਹੜਾ ਤੁਸੀਂ 11 ਤਰੀਕ ਨੂੰ ਕਰਨਾ ਆ, ਉਹ ਕਿਹਦੇ ਸੰਬੰਧ ਵਿੱਚ ਕਰਨਾ, ਮਤਲਬ ਕੀ ਕਾਰਨ ਉਹਦਾ ਕਰਨ ਦਾ? ਸਾਡੀਆਂ ਮੰਗਾਂ ਜਿਹੜੀਆਂ ਸਾਡੀਆਂ ਮੰਨਣ ਜਾਣ, ਅਸੀਂ ਉਹ ਨਾਲ ਇਹ ਵੀ ਐਲਾਨ ਕੀਤਾ ਕਿ ਜਿਹੜੀ ਪਾਰਟੀ ਸਾਡਾ ਸਮਰਥਨ ਕਰੂਗੀ, ਸਾਡੀਆਂ ਇਹ ਮੰਗਾਂ ਦੇ ਨਾਲ ਸਹਿਮਤ ਹੋਊਗੀ, ਅਸੀਂ ਉਹਨੂੰ ਸਮਰਥਨ ਕਰਾਂਗੇ। ਸਾਡੀਆਂ ਜੋ ਡਿਮਾਂਡ ਹੈ, ਜੋ ਅਸੀਂ ਮਾਰਚ ਵੀ ਕਰਨਾ, ਉਹਦੇ ਵਿੱਚ ਅਸੀਂ ਮੁਲਾਜ਼ਮ, ਮਜ਼ਦੂਰ, ਕਿਸਾਨ ਅਤੇ ਜਨਰਲ ਫਰੰਟ, ਜਿਹੜੀਆਂ ਜਨਰਲ ਫਰੰਟ ਦੀਆਂ ਮੰਗਾਂ ਨੇ ਉਹ ਵੀ ਸਾਡੇ ਨਾਲ ਅਟੈਚ ਨੇ, ਜਿਹੜੀਆਂ ਮੁਲਾਜ਼ਮਾਂ ਦੀਆਂ ਮੰਗਾਂ ਨੇ ਉਹ ਵੀ ਉਸ ਫਰੰਟ ਦੇ ਨਾਲ ਅਟੈਚ ਨੇ। ਕਿਉਂਕਿ ਜਿੰਨੇ ਮੁਲਾਜ਼ਮ ਨੇ ਉਹ ਵੀ ਆਪਣੇ ਪਰਿਵਾਰਕ ਮੈਂਬਰ ਨੇ ਅਤੇ ਜਿਹੜਾ ਫਰੰਟ ਆ ਉਹ ਵੀ ਸਾਡਾ ਪਰਿਵਾਰ ਹੈ। ਇਸ ਕਰਕੇ ਜਿਹੜੀ ਸਾਨੂੰ ਮੁਲਾਜ਼ਮਾਂ ਦੀ ਲੜਾਈ ਹੈ ਉਹ ਸਾਡੀ ਸਰਕਾਰ ਦੇ ਨਾਲ ਲੜਾਈ ਹੈ, ਪਿੱਛੇ ਵੀ ਲੜਦੇ ਆਏ ਹਾਂ, ਲੰਬੇ ਸਮੇਂ ਤੋਂ ਲੜਦੇ ਰਹੇ ਹਾਂ, ਅੱਜ ਵੀ ਅਸੀਂ ਇਹੀ ਲੜਾਈ ਲੈ ਕੇ ਇਸ ਫਰੰਟ ਦੇ ਨਾਲ ਹੀ ਸਹਿਯੋਗ ਕਰ ਰਹੇ ਹਾਂ। ਕਿਉਂਕਿ ਪੰਜਾਬ ਦੀ ਸਰਕਾਰ ਨੇ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ, ਇੱਕ ਤਾਂ DA ਸਾਡੇ ਰੋਕ ਕੇ ਰੱਖੇ ਆ, ਇੱਕ ਸਾਡੇ DA ਦੇ ਕਿਸ਼ਤਾਂ ਦੇ ਜਿਹੜੇ ਬਕਾਏ ਉਹ ਰੋਕ ਕੇ ਰੱਖੇ ਆ, ਉਹਦੇ ਨਾਲ ਨਾਲ ਸਾਨੂੰ ਰਾਹਤ ਤਾਂ ਕੀ ਦੇਣੀ ਸੀ, ਉਹਨਾਂ ਨੇ ਇੱਕ ਸਾਡੇ ਉੱਤੇ ਜਜ਼ੀਆ ਟੈਕਸ ਵਰਗਾ 200 ਰੁਪਇਆ ਪ੍ਰਤੀ ਮੁਲਾਜ਼ਮ ਪ੍ਰਤੀ ਮਹੀਨਾ ਸਾਡੇ ਉੱਤੇ ਟੈਕਸ ਲਗਾ ਰੱਖਿਆ, ਜਿਹੜਾ ਕਿ ਉਹ ਪਿਛਲੀਆਂ ਸਰਕਾਰਾਂ ਅੰਗਰੇਜ਼ਾਂ ਵੇਲੇ ਵੀ ਨਹੀਂ ਇਹੋ ਜਿਹਾ ਜਜ਼ੀਆ ਟੈਕਸ ਲੱਗੇ। ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਕਿਉਂਕਿ ਮੁਲਾਜ਼ਮਾਂ ਨੂੰ ਇਹਨਾਂ ਜਜ਼ੀਆ ਟੈਕਸਾਂ ਤੋਂ ਛੁਡਾਉਣਾ ਚਾਹੀਦਾ। ਦੂਸਰੀ ਗੱਲ ਕਿ ਜੇ ਅੱਜ ਠੇਕੇਦਾਰੀ ਸਿਸਟਮ ਹੈ ਉਹ ਤੁਛ ਜਿਹੇ ਪੈਸੇ ਦੇ ਕੇ ਮੁਲਾਜ਼ਮਾਂ ਨੂੰ ਠੇਕੇਦਾਰੀ ਸਿਸਟਮ ਦੇ ਵਿੱਚ ਲਿਆਂਦਾ ਗਿਆ ਔਰ ਅੱਜ ਇੰਨੀ ਮਹਿੰਗਾਈ ਦੇ ਵਿੱਚ 4-5 ਹਜ਼ਾਰ ਦੇ ਨਾਲ ਗੁਜ਼ਾਰਾ ਕਰਨਾ ਬੜਾ ਔਖਾ ਹੈ। ਸਾਡੀ ਇਹ ਮੰਗ ਲੰਬੇ ਸਮੇਂ ਤੋਂ ਚੱਲਦੀ ਆਉਂਦੀ ਆ, ਸਾਡੀਆਂ ਸੰਘਰਸ਼ ਕਮੇਟੀਆਂ ਵੀ, ਮੁਲਾਜ਼ਮਾਂ ਦੀਆਂ ਵੀ, ਪੈਨਸ਼ਨਰ ਵੀ, ਅਸੀਂ ਅੱਜ ਪੂਰਾ ਸਹਿਯੋਗ ਕਰਦੇ ਸਾਰਿਆਂ ਦੇ ਨਾਲ। ਅਸੀਂ ਚਾਹੁੰਦੇ ਹਾਂ ਵੀ ਜਿਹੜੇ ਕੱਚੇ ਜਾਂ ਠੇਕੇਦਾਰੀ ਸਿਸਟਮ 'ਚ ਮੁਲਾਜ਼ਮ ਭਰਤੀ ਕੀਤੇ ਆ ਉਹਨਾਂ ਨੂੰ ਤੁਰੰਤ ਸਰਕਾਰ ਵਾਅਦੇ ਮੁਤਾਬਕ, ਕਿਉਂਕਿ ਇਹਨਾਂ ਨੇ ਵਾਅਦੇ ਕੀਤੇ ਸੀ ਆਉਣ ਤੋਂ ਪਹਿਲਾਂ ਵੀ ਅਸੀਂ ਸਾਰੇ ਮੁਲਾਜ਼ਮ ਪੱਕੇ ਕਰਾਂਗੇ। ਬਿਲਕੁਲ ਨਹੀਂ, ਤੁਸੀਂ ਲੋਕ ਸਭਾ ਉਮੀਦਵਾਰ ਦਾ ਵਿਰੋਧ ਕਰ ਰਹੇ ਹੋ ਜਾਂ ਸਰਕਾਰ ਦਾ? ਅਸੀਂ ਪੂਰੀ ਪੰਜਾਬ ਦੀ ਸਰਕਾਰ ਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਸਾਡੀਆਂ ਮੰਗਾਂ ਸਾਰੀਆਂ ਪੰਜਾਬ ਦੇ ਨਾਲ ਚਾਹੀਦੀ। ਸਰ, ਫਿਰ ਇਹ ਵਿਰੋਧ ਦਾ ਜਿਹੜਾ ਹਲਕਾ ਆ ਉਹ ਸਿਰਫ ਹੁਸ਼ਿਆਰਪੁਰ ਹੀ ਕਿਉਂ ਚੁਣਿਆ ਗਿਆ? ਦੇਖੋ, ਅਸੀਂ ਜਿਹੜੇ ਅਟੈਚ ਆ ਅਸੀਂ ਤਾਂ ਹੁਸ਼ਿਆਰਪੁਰ ਨਾਲ ਸੰਬੰਧਿਤ ਆ, ਪੰਜਾਬ ਦੇ ਨਾਲ ਵੀ ਸੰਬੰਧਿਤ ਆ। ਔਰ ਇਹ ਇਕੱਲਾ ਹੁਸ਼ਿਆਰਪੁਰ ਨਹੀਂ, ਤੁਹਾਨੂੰ ਸ਼ਾਇਦ ਤੁਸੀਂ ਸਾਰੇ ਪ੍ਰੈਸ ਵਾਲੇ ਹੋ, ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵੀ ਸਾਡੇ ਮੁਜ਼ਾਹਰੇ ਲੱਗੇ, ਸਾਡਾ ਸਾਥੀ ਸੱਜਣ ਸਿੰਘ ਮਰਨ ਵਰਤੇ ਵੀ ਬੈਠਾ ਜਿੱਥੇ ਜਿੱਥੇ ਕਾਂਗਰਸ ਦੇ ਕੈਂਡੀਡੇਟ ਜਾਂ ਉਮੀਦਵਾਰ ਉੱਥੇ ਸਾਰਿਆਂ ਦਾ ਵਿਰੋਧ ਹੋ ਗਿਆ। ਅਸੀਂ ਪੂਰੀ ਕਾਂਗਰਸ, ਕਿਉਂਕਿ ਸਰਕਾਰ ਕਾਂਗਰਸ ਦੀ ਅਸੀਂ ਵਿਰੋਧ ਕਰਾਂਗੇ ਉਹਨਾਂ ਦਾ। ਜਨਰਲ ਸਮਾਜ ਮੰਚ ਜਿਹੜਾ ਪਿਛਲੇ 20 ਸਾਲ ਤੋਂ ਕੰਮ ਕਰ ਰਿਹਾ, ਮੇਨ ਮੁੱਦਾ ਜਿਹੜਾ ਉਹਨਾਂ ਦਾ ਹੈਗਾ ਆ ਵੀ ਜਿਹੜੀ ਹੈਗੀ ਆ ਜਨਰਲ ਵਰਗ ਦੇ ਨਾਲ ਇੱਕ ਡਿਸਕ੍ਰਿਮੀਨੇਸ਼ਨ ਹੁੰਦੀ ਆ ਉਹਦੇ ਵਾਸਤੇ ਸੀ ਵੀ ਇੱਕ ਵਰਗ ਨੂੰ
ਪਿੱਛੇ ਸਿੱਟਿਆ ਜਾਂਦਾ, ਇੱਕ ਦੀ ਪ੍ਰੈਫਰੈਂਸ ਦਿੱਤੀ ਜਾਂਦੀ ਆ। ਇਹਦੇ ਨਾਲ ਸਾਡਾ ਇਹ ਵਿਰੋਧ ਜਿਹੜਾ ਸ਼ੁਰੂ ਹੋਇਆ ਉਹ ਅੱਜ ਤੱਕ ਜਿਹੜਾ ਹੈਗਾ ਆ ਉਹ ਇਹਨਾਂ ਲੀਡਰਾਂ ਦੇ ਨਾਲ ਜਾਰੀ ਸੀ। ਉਹ ਸ਼ੁਰੂ ਹੋਣ ਦੇ ਬਾਅਦ ਇਹ ਜਨਰਲ ਸਮਾਜਵਾਦ ਜਿਹੜਾ ਹੋਂਦ ਵਿੱਚ ਆਇਆ ਸੀ। ਕਿਹੜੇ ਲੀਡਰਾਂ ਨਾਲ? ਜਿਹੜੇ ਲੋਕਲ ਲੀਡਰ, ਕੋਈ ਵੀ ਐਮਐਲਏ ਜਾਂਦਾ ਚਾਹੇ ਉਹ ਕਿਸੇ ਪਾਰਟੀ ਦਾ ਆਉਂਦਾ ਸੀ ਜਾਂ ਕਿਸੇ ਪਾਰਟੀ ਦਾ ਆਉਂਦਾ ਸੀ, ਉਹ ਮਤਲਬ ਇੱਕ ਖਾਸ ਵਰਗ ਦਾ ਮਤਲਬ ਮੋਹਰਾ ਬਣ ਜਾਂਦਾ ਸੀ, ਤਾਂ ਦੂਜੇ ਨੂੰ ਮਤਲਬ ਜਿਹੜਾ ਸੀਗਾ ਉਹ ਡੀਗ੍ਰੇਡ ਕਰਦਾ ਸੀ। ਉਹਦੇ ਕਾਰਨ ਹੀ ਇਹ ਜਨਰਲ ਸਮਾਜ ਮੰਚ ਬਣਿਆ। ਜਦਕਿ ਜਨਰਲ ਸਮਾਜ ਮੰਚ ਦਾ ਮੁੱਦਾ ਆ ਮਾਨਸ ਕੀ ਜਾਤ ਸਭੇ ਕੇ ਪਹਿਚਾਣ ਦੇ, ਸਭੇ ਸਾਂਝੀ ਵਾਲਸਾ ਕੋਈ ਨਾ ਦਿਸੇ ਵਾਰ, ਇਹ ਮੁੱਦੇ ਦੇ ਉੱਤੇ ਅਸੀਂ ਚੱਲ ਰਹੇ ਹਾਂ। ਜਿਹਦਾ ਸਾਡਾ ਮੇਨ ਮੁੱਦਾ ਹੈ ਉਹ ਅਸੀਂ 85 ਤੋਂ ਜਿਵੇਂ ਚੱਲ ਰਹੇ ਹਾਂ, ਵੀ ਮੇਨ ਮੁੱਦਾ ਹੈਗਾ ਵੀ ਰਿਜ਼ਰਵੇਸ਼ਨ ਜਿਹੜੀ ਹੈਗੀ ਆ ਉਹਦੇ ਵਿੱਚੋਂ ਜਿਹੜਾ ਦਲਿਤ ਵਰਗ ਆ ਉਹ ਜਿਹੜਾ ਗਰੀਬ ਦਲਿਤ ਵਰਗ ਆ ਉੱਥੇ ਦਾ ਉੱਥੇ ਬੈਠਾ, ਉਹ ਕ੍ਰੀਮੀ ਲੇਅਰ ਜਿਹੜੀ ਉਹ ਬੈਨੀਫਿਟ ਲਈ ਜਾਂਦੀ। ਉਹਨੂੰ ਦੂਰ ਕਰਨ ਦੀ ਖਾਤਰ ਹੀ ਅਸੀਂ ਮਤਲਬ ਇਹ ਸਮਾਜ ਬਣਾਇਆ ਵੀ ਉਹਨਾਂ ਦੀ ਹਾਲਾਤ ਚੁੱਕੋ, ਨਾ ਕਿ ਜਿਹੜੇ ਅੱਪਰ ਚਲੇ ਗਏ ਉਹਨਾਂ ਨੂੰ ਬਾਹਰ ਕੱਢਤਾ ਜਾਵੇ। ਦੂਜਾ ਜਿਹੜਾ ਸਾਡਾ ਮੁੱਦਾ ਹੈਗਾ ਆ ਵੀ ਇੱਕ ਤਾਂ ਉਹ ਬਾਹਰ ਕੱਢਤੀ ਜਾਵੇ ਕ੍ਰੀਮੀ ਲੇਅਰ, ਜਿਵੇਂ ਮਤਲਬ ਹੁਣ ਸਾਨੂੰ ਅਸੀਂ ਸੰਘਰਸ਼ ਕੀਤਾ ਉਹ ਸੰਘਰਸ਼ ਦਾ ਸਾਡਾ ਸਿੱਟਾ ਸੀ, ਭਾਵੇਂ ਸਾਡੀ ਇੱਕ ਜੇਬ 'ਚੋਂ ਪੈਸੇ 10 ਰੁਪਏ ਕੱਢ ਕੇ ਮੋਰਲੀ ਜੇਬ 'ਚ ਪਾ ਦਿੱਤੇ ਆ, ਪਰ ਉੱਧਰ ਨੂੰ ਸਰਕਾਰ ਨੇ ਸਾਨੂੰ ਚੱਲੀ ਜ਼ਰੂਰ ਆ। ਵਿਸ਼ੇਸ਼ ਵਿਰੋਧ ਕਿਹਦਾ ਕਰ ਰਹੇ? ਵਿਸ਼ੇਸ਼ ਵਿਰੋਧ ਅਸੀਂ ਚੱਬੇਵਾਲ ਦਾ ਇਸ ਕਰਕੇ ਕਰ ਰਹੇ ਹਾਂ ਵੀ ਉਹਨਾਂ ਨੇ ਜਿਹੜੇ ਫਗਵਾੜੇ ਮੰਦਭਾਗੀ ਘਟਨਾ ਵਾਪਰੀ ਆ ਉੱਥੋਂ ਜਿਹੜਾ ਉਹਨੂੰ ਉਦੇਸ਼ ਇਹ ਸੀ ਸਰਕਾਰ ਵੱਲੋਂ ਵੀ ਉਹਨਾਂ ਨੂੰ ਮਤਲਬ ਇਸ ਗੱਲ ਨੂੰ ਸ਼ਾਂਤੀ ਦਿੱਤੀ ਜਾਵੇ, ਪਰ ਉਹਨੇ ਆ ਕੇ ਜਨਰਲ ਵਰਗ ਦੀ ਕੋਈ ਗੱਲ ਨਹੀਂ ਸੁਣੀ ਅਤੇ ਇੱਕ ਪਾਰਟੀ ਦੇ ਹੱਕ ਦੇ ਵਿੱਚ ਉਹ ਖੜਾ ਹੋਇਆ। ਇਸ ਕਰਕੇ ਅਸੀਂ ਖਾਸ ਤੌਰ ਤੇ ਚੱਬੇਵਾਲ ਦਾ ਫਗਵਾੜੇ ਚੋਂ ਵਿਰੋਧ ਕਰ ਰਹੇ ਹਾਂ। ਸਪੋਰਟ ਦਾ ਅਸੀਂ ਮਤਲਬ ਸਾਡੀ ਕੋਰ ਕਮੇਟੀ ਆ ਉਹ ਸ਼ਾਮ ਲਾਲ ਸ਼ਰਮਾ ਜੀ ਆਉਣਗੇ, ਅਸੀਂ ਉਹਦੇ ਬਹਿ ਕੇ ਕੋਰ ਕਮੇਟੀ ਸਾਡੀ ਫੈਸਲਾ। ਜਿਹੜੇ ਚੱਬੇਵਾਲ ਜੀ ਉਹ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆ? ਉਹ ਕਾਂਗਰਸ ਨਾਲ ਰੱਖਦੇ। ਕੀ ਨਾਮ ਹੈ ਜਿਹੜਾ ਪੰਜਾਬ ਦੇ ਵਿੱਚ ਸਾਡੀ ਮੰਗ ਹੈ ਇੱਕ ਵੀ ਜਿਹੜਾ ਹੈਗਾ ਆ ਜਨਰਲ ਵਰਗ ਦਾ ਵੀ ਇੱਕ ਕਮਿਸ਼ਨ ਹੋਣਾ ਚਾਹੀਦਾ ਜਿਵੇਂ ਬਾਕੀ ਵਰਗਾਂ ਦੀ ਬਣੇ, ਇਹ ਸਾਡੀ ਮੇਨ ਮੰਗ ਆ। ਅਸੀਂ ਇਹਦੇ ਬਾਬਤ ਅਸੀਂ ਸਾਰਿਆਂ ਨੂੰ ਮੈਮੋਰੰਡਮ ਵੀ ਦੇ ਚੁੱਕੇ ਹਾਂ। ਜਿਹੜਾ ਸਾਡੇ ਹੱਕ ਦੇ ਵਿੱਚ ਕਹੂਗਾ ਵੀ ਮੈਂ ਲੋਕ ਸਭਾ ਜਿੱਤ ਕੇ ਆਵਾਜ਼ ਉਠਾਊਂਗਾ, ਅਸੀਂ ਉਹਦਾ ਸਮਰਥਨ ਵਾਲੀ ਦੇਖਾਂਗੇ। ਬਿਊਰੋ ਰਿਪੋਰਟ, ਸਾਈ ਟੀਵੀ। ਸਾਈ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ ਯੂਟਿਊਬ ਚੈਨਲ ਸਾਂਝ ਟੀਵੀ।